असलम नाजरीन मैं इस वक्त गढ़ी ग्राम है, जिला अटकना आज तो त्रे चार दिन पहले एक हादसा होया जा एक कोच गहरी खाई चली गई सी और तीन चार बंदे जल गए सन उससे तो उन्हें बहुत सारे बंदे जख्मी भी हुए तो इन मोहम्मद दीन साहब इन भी उससे जख्मी हुए ਇਨ ਨੂੰ ਕੋ ਤਫਸੀਲ ਬਤਾ ਕਰਨੇ ਆ ਕਿ ਹਾਸਾ ਹੋਇਆ ਕਿੰਜ ਤੇ ਤੁਸੀਂ ਕਿੰਜ ਬਚੇ ਹੋ ਸਾਥ ਸੇ ਚੋਂ ਅਸਲਾਮੁਅਲੈਕੁਮ ਉਹ ਜਨਾਬ ਸੀ ਉਸ ਕੋਚ ਨੇ ਵਿੱਚ ਆਇਆ ਤੇ ਅੱਗੇ ਫਟਾ ਖੜਾ ਵੇ ਜਿਸ ਨੇ ਉਤੇ ਸੀਮਟ ਲਾਦ ਕੇ ਆਣੇ ਨੇ ਟ੍ਰੇਲਾ ਜੇ ਉਸ ਨੇ ਨਾ ਡਰਾਈਵਰ ਕਟ ਮਾਰੀ ਤੇ ਗੱਡੀ ਉਸ ਕੋ ਨਹੀਂ ਸਮਰੀ ਬਸ ਅੱਗੇ ਖੜੇ ਵਜਾਂ ਲਗੀ ਅਖਰੀ ਭਾਈ ਇਹ ਖੱਡੇ ਜਿਸ ਵੇਲੇ ਗਈਏ ਤੇ ਉਸ ਨੇ ਵਿੱਚ ਗੱ ਇੱਕ ਜਕਦਮ ਗੱਡੀ ਆਂ ਅੰਬੂੜੀ ਹੋਈ ਟਾਇਰ ਤਾਂ ਹੋ ਗਿਆ ਬਸ ਦੋ ਦੋ 4 ਮਿੰਟ ਤੋਂ ਬਾਅਦ ਗੱਡੀ ਆਗ ਲੱਗ ਗਈ ਮਣ ਨਾਲ ਮਣ ਆਪਣਾ ਜਾਕੁਤੀ ਜਵਾਤਰਾ ਉਹ ਬਸ ਮਣ ਵਸੀਲਾ ਬਣ ਗਿਆ ਉਹ ਆ ਗਿਆ ਤੇ ਉਹ ਨਾ ਮਤ ਰੁੱਕ ਕੇ ਬਾਹਰ ਕੱਢ ਗੇ ਮਣ ਨਾਲ ਇੱਕ ਹੋਰ ਬੰਦਾ ਖੜਾ ਵੇਆ ਉਸ ਨੇ ਵੀ ਅੱਲਾ ਪਾਕ ਸਵਾਬ ਕੀਤਾ ਉਹ ਵੀ ਪਿੱਛੇ ਪਿੱਛੇ ਮਣੇ ਨਿਕੋਲਾ ਇਹ ਅਗੋ ਵਾਦ ਮਾ बेहोश ਹੋ ਗਿਆ ਮਾ ਨਹੀਂ ਸਮਝ ਲਗੀ ਭਾਈ ਅਗੋ ਕੀ ਉਸਨਾਂ ਹਾਲ ਹੋਇਆ ਇਹ ਉਹਨਾਂ ਨੇ ਜ਼ਰੀਏ ਨਾ ਮੈਨੇ ਕੁੜਾਇਆ ਉਹਨ ਮੋਟਰਸਾਈਕਲ ਤੇ ਤੇ ਮੈਂ ਟੋਟੇ ਤੇ ਇਸ ਵਾਸਤੇ ਅਗੋ ਡਾਕਟਰ ਕੋ ਆਂਦਾ ਨਹੀਂ ਵਾਤਾ ਕੋ ਮਾ ਹੋਣੀ ਪਤਾ ਲਗਾ ਭਾਈ ਮਾ ਡਾਕਟਰ ਕੇ ਆਗਮਾਤ ਬੋਸ਼ ਵਤਾ ਜਾਂ ਜਿਸ ਸਮੇ ਆਪਣੇ ਘਰ ਆ ਰਹੇ ਹਾਂ ਇਸ ਤੋਂ ਪਹਿਲੇ ਮਾ ਵਾਦ ਕੋਈ ਪਤਾ ਨਹੀਂ ਵਣੇ ਲਗਾ ਇਹ ਆ ਸੋ ਐ ਕਿੰਜੇ ਵਾਜੀ ਮੈਨੇ ਮੈਨੇ ਅੱਗੇ ਖੜਾ ਵੇਣਾ ਉਹ ਟ੍ਰੇਲਰ ਜਿਸਨੇ ਉਹ ਤੇ ਸੀਮਟ ਲਾਦ ਕੇ ਨੇ ਉਸ ਉਸਨੇ ਨਾ ਕੱਟ ਮਾਰੀ ਨਾ ਅੱਗੇ ਲੱਗ ਕੇ ਤੇ ਉਹ ਮੋੜਾ ਜਿਸ ਤੇ ਤੇ ਗੱਡੀ ਸੰਭਰੀ ਨਹੀਂ ਗਈ ਗੱਡੀ ਥਲੇ ਵਾਈ ਲਗੀ ਟੋਏ ਵਿੱਚ ਤੁਸੀਂ ਦੱਸਨੇ ਪਏ ਕਿ ਮਾਣੇ ਦਾਮਾਤ ਬੇਟੀ ਨਾਲ ਹੈ ਜੀ ਤੇ ਉਹਨ ਗੱਡੀ ਨਾਲ ਹੈ ਤੇ ਉਸੇ ਹਾਸਾ ਹੋਇਆ ਉਹ ਵਕਤ ਮੋਟਰਸਾਈਕਲ ਤੇ ਉਹ ਨਾਲ ਮੋਟਰਸਾਈਕਲ ਤੇ ਹੈ ਗੱਡੀ ਵਿੱਚ ਮੈਂ ਨਹੀਂ ਉਹਨਾਂ ਚੋਂ ਜੇ ਕੱਢਾ ਗੱਡੀ ਚੋਂ ਜੀ ਤੇ ਉਸ ਤੋਂ ਬਾਅਦ ਅੱਗ ਲੱਗੀ ਜੀ ਉਸ ਤੋਂ ਬਾਅਦ ਅੱਗ ਲੱਗੀ 2 ਮਿੰਟ ਦਾ وقف ਆਇਆ ਮਾਂ ਉਹਨਾਂ ਕੱਢਾ 2 ਮਿੰਟ ਨਹੀਂ ਗੁਜ਼ਰੇ ਤੇ ਅੱਗ ਲੱਗ ਗਈ ਹਮਦਿੰਦਰ ਸਾਹਿਬ ਇਹ ਦੱਸੋ ਕਿ ਤੁਸੀਂ ਤਾਂ ਮੌਤ ਬੜੇ ਕਰੀਬ ਤੋਂ ਵੇਖਾ ਜੀ ਉਸ ਟਾਈਮ ਜਿਹੜਾ ਮਨਜ਼ਰ ਹੈ ਜਿਹੜਾ ਥੋੜ੍ਹਾ ਜਿਹਾ ਤੁਸਾਂ ਕੋਈ ਯਾਦ ਹੈ ਜੀ ਤੁਸੀਂ ਆ ਨਾ ਫਿਰ ਮੈਂ ਬੇਹੋਸ਼ ਹੋ ਗਿਆ ਉਸਨੇ ਬਾਰਿਸ਼ ਕੀ ਅਕਸੋ ਵਾ ਜੀਵਾ ਤੋਂ ਅਲਾਵਾ ਅੱਲਾਹ ਪਾਕ ਹੀ ਜਾਣਨਾ ਇਸ ਗੱਲਾਂ ਮਹਿਤਵਤ ਇਹ ਗੱਲਾਂ ਕੀ ਭਈ ਮੈਂਡੇ ਵਾਸਤੇ ਇੱਕ ਜ਼ਰੀਆ ਬਣ ਗਿਆ ਜਿਹੜਾ ਬੱਚਾ ਹੈ ਅੱਲਾਹ ਪਾਕ ਮੜ ਮਾਰੇ ਕਿ ਫਰਿਸ਼ਤਾਂ ਭੇਜ ਦਿੱਤਾ ਜਿਸ ਮਾਂ ਬਚਾ ਕੇ ਦਾ ਬਚਣ ਦੀ ਸੂਰਤ ਬਰਹਾਲ ਕੋਈ ਨਹੀਂ ਤੇ ਜਿਹੜਾ ਟਰੇਲ ਉਸਨੇ ਗਲਤੀ ਹੈ ਜਾਂ ਜਿਹੜੀ ਗੱਡੀ ਵੈਨੀ ਵੀ ਇਹ ਤੇਜ਼ ਰਫਤਾਰ ਹੈ ਜਿਹੜਾ ਗੱਡੀ ਵਾਲਾ ਹੈ ਉਸਨੇ ਗਲਤੀ ਹੈ ਜਿਸ ਤੇ ਤੁਸੀਂ ਸਵਾਰ ਹੋ ਜੀ ਜੀ ਕਿਉਂਕਿ ਇਸ ਇੱਕਦਮ ਕਟ ਮਾਰੀ ਸੀ ਇਸ ਕੋ ਗੱਡੀ ਸਮਰੀ ਨੇ ਤੁਸੀਂ ਇਸ ਗੱਡੀ ਦੇ ਕਿੱਥੇ ਬੰਨੇ ਪਏ ਹੋ ਅਸੀਂ ਵਾਨੇ ਬਿਆਂ ਦੀ ਤਰਾਫ ਫੌਤ ਕੀਤੇ ਫੌਤ ਕੀਤੇ ਵਾਨੇ ਬਿਆਂ ਤਰਾਫ 11 ਵਜੇ ਨੇ ਜਨਾਜ਼ਾ ਆਇਆ ਉਸ ਜਨਾਜ਼ੇ ਤੋਂ ਵਾਨੇ ਪਾਇਆ ਗੱਡੀ ਚ ਕਿੰਨੀਆਂ ਸਵਾਰੀਆਂ ਆ ਗੱਡੀ ਮਾ ਲਿਆ ਅੰਦਾਜ਼ਾ 13 ਸਵਾਰੀਆਂ ਬੜਨੀਆਂ ਆ तकरीबन ਜਿਸ ਨੇ ਵਿੱਚੋਂ 4 ਸਵਾਰੀਆਂ ਜਿਹੜੀਆਂ ਨੂੰ ਸੜ ਗਏ ਆਂ ਜਲ ਗਏ ਆਂ ਤੇ ਆਠ ਸਵਾਰੀਆਂ ਜਿਹੜੀਆਂ ਨੂੰ ਨੇਖਤੀਆਂ ਤੁਸਾਂ ਅੱਲਾਹ ਤਾਲਾ ਨਵੀਂ ਜ਼ਿੰਦਗੀ ਦਿੱਤੀ ਤੇ ਹੁਣ ਕੀ ਆਖਣਾ ਚਾਹਦੇ ਹੋ ਹੁਣ ਅੱਲਾਹ ਦਾ ਸ਼ੁਕਰ ਹੀ ਗੁਜ਼ਾਰਨਾ ਚਾਹਦੇ ਆਂ ਸ਼ੁਕਰ ਅਲ ਹਮਦੁਲillah ਬਸ ਮੈਂਡੇ ਵਾਸਤੇ ਤੇ ਇੱਕ ਵੱਡਾ ਜਵਾਤਰ ਫਤਰੀਆ ਜੜਾਇਆ ਇੱਕ ਫਰਿਸ਼ਤੇ ਹੀ ਬਣ ਕੇ ਆ ਗਿਆ ਅੱਲਾਹ ਨੇ ਹੁਕਮੇ ਨਾਲ ਜਿਸ ਅਸਾਂ ਬਚਾ ਕੇ ਦਾ ਉਸਨੇ ਵਸੀਲੇ ਨਾਲ ਬਚ ਗਏ ਆਂ

بس ਅਸੀਂ ਤੇ ਇਹ ਗੱਲ ਆਖਣਾ ਚਾਹਦੇ ਆ ਅੱਲਾ ਪਾਕ ਦਾ ਹੁਕਮ ਹੈ ਭਈ ਮੌਤ ਤੇ ਵੇਖਾ ਜਿਸ ਮੌਤਾ ਦੱਸਤਾ ਕਬ ਯਾ ਅੱਲਾ ਤੂੰ ਆਪਣਾ ਹੀ ਫਜ਼ਲ ਕਰ ਦੇ ਅਸੀਂ ਤਾਂ ਗੁਨਾਹਗਾਰ ਬੰਦੇ ਆਡੇ ਕੋਲ ਤਾਂ ਕੋਈ ਚੰਗਾ ਹੋਇਆ ਹੋਇਆ ਨਹੀਂ ਤੇ ਇਥੋਂ ਕਦੇ ਤੂੰ ਜ਼ਿੰਦਗੀ ਦੇਣਾ ਤਕੋ ਤੌਬਾ ਤੇ ਬਿਹੜੀ ਤੇ ਨਜ਼ਰੀਨ ਇਹ ਮੁਹੰਮਦਦੀਨ ਸਾਹਿਬਨ ਗੜੀ ਗਰਾਮ ਇਸਲਾਟਕ ਨਾ ਐਸੇ ਨਾ ਹੀ ਮਾਂ ਅਟਕ ਟੋਡੇ ਨਿਊਜ਼ ਨਾ ਗੜੀ ਸ਼ਹਿਰ ਤੋਂ ਇਜਾਜ਼ਤ ਦਿਓ ਤੇ ਫਿਰ ਸਾਂ ਕਿ ਸੋਰ ਪ੍ਰੋਗਰਾਮ ਚ ਲੈ ਕੇ ਵਸਾਂ ਅੱਲਾ ਹਫਜ਼ ਜੀ